ਸਾਡੇ ਤੇ ਗੋਲੀਆਂ ਚਲਾਈਆਂ, ਹੰਝੂ ਬੈਂਸ ਵਰਤੇ, ਸਾਜ਼ਿਸ਼ਾਂ ਰਚੀਆਂ, ਉਹਨਾਂ ਤੇ FIR ਹੋਣੀ ਚਾਹੀਦੀ ਆ। ਉਸ ਕਰਕੇ ਇਹ ਮੋਰਚਾ ਕੌਮਾਂਤਰੀ ਪੱਧਰ ਤੇ ਚਲਾ ਗਿਆ। ਆਬੂ ਧਾਬੀ UAE ਦੇ ਵਿੱਚ WTO ਦੀ 26 ਤੋਂ ਲੈ ਕੇ 29 ਤੱਕ ਮੀਟਿੰਗ ਹੋ ਰਹੀ ਆ। ਪੂਰੀ ਦੁਨੀਆ ਦੇ ਵਿੱਚ WTO ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ। 70,000 ਬੰਦਾ UAE ਦੇ ਵਿੱਚ ਉਹਦਾ ਵਿਰੋਧ ਕਰਨ ਲਈ ਪਹੁੰਚਿਆ ਹੋਇਆ। ਅਸੀਂ ਕਿਹਾ ਸਾਨੂੰ MSP ਗਰੰਟੀ ਕਾਨੂੰਨ ਦੇ ਦਿਓ, ਅਸੀਂ ਤੁਹਾਨੂੰ ਦਾਲਾਂ ਵੀ ਦੇ ਦਾਂਗੇ ਤੇ ਨਾਲੇ ਤੇਲ ਵੀ। ਜਿਵੇਂ ਪੰਜਾਬੀ ਚ ਕਿਹਾ ਸੀ ਵੀ ਓਪਨ ਕਬੱਡੀ ਰੱਖ ਲਈ, ਇੱਕ ਭਲਵਾਨ 100 ਕਿਲੋ ਦਾ, ਸਾਡੇ ਵਾਲਾ ਭਲਵਾਨ 2 ਕਿਲੋ ਦਾ, ਆਂਦੇ ਮੁਕਾਬਲਾ ਕਰੋ। ਦੱਸੋ 2 ਕਿਲੋ ਵਾਲਾ ਦਾ ਮੁਕਾਬਲਾ ਹੈ 100 ਕਿਲੋ ਦਾ? ਤੁਹਾਡੀ ਪੋਲਿਸੀ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਵਾਸਤੇ ਆ। ਜਿਹੜੇ ਪੂਰੇ ਮਾਨੀ ਅਡਾਨੀ ਦੇ ਹੱਥ ਵਿੱਚ ਹਿਮਾਚਲ ਦਾ ਸੇਬ ਆ ਗਿਆ, ਉੱਥੋਂ ਤਾਂ ਲੈਂਦੇ ਆ 8 ਤੋਂ 14 ਰੁਪਏ ਕਿਲੋ, ਸਾਨੂੰ ਵੇਚਦੇ ਆ ਇੱਧਰ ਲਿਆ ਕੇ 100 ਰੁਪਏ। ਇਹ 3:30 ਵਜੇ ਪੁਤਲੇ ਨੂੰ ਅੱਗ ਲਾਉਂਦੇ। ਕਰ ਰਹੀ ਹੈਗੀ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ, ਹੰਝੂ ਬੈਂਸ ਵਰਤੇ, ਸਾਜ਼ਿਸ਼ਾਂ ਰਚੀਆਂ, ਉਹਨਾਂ ਤੇ FIR ਹੋਣੀ ਚਾਹੀਦੀ ਆ। ਉਸ ਕਰਕੇ ਇੱਕ ਤਾਂ ਉੱਧਰ ਵੀ ਅੱਡ ਅੰਦੋਲਨਾ ਚੱਲ ਰਿਹਾ ਹੈਗਾ ਵਾ। ਇਸੇ ਤਰ੍ਹਾਂ ਖਰੌਰੀ ਬਾਦਲ ਤੇ ਡੱਲੇਆਲ ਸਾਹਿਬ ਨੇ ਉੱਧਰ ਵੀ ਵੱਡਾ ਇਕੱਠ ਆ। ਮਤਾਵਾਂ ਪੈਣਾ ਵੇਖੋ, ਛੋਟਾ ਬੱਚਾ ਵੇਖੋ, ਨਿਕਾ ਜਾ ਦਾਖ ਸਾਲਾਂ ਦਾ ਆਇਆ ਨਾ, ਐਂ ਲੋਕ ਆ ਰਹੇ ਨੇ। ਤੋ ਉੱਥੇ ਵੀ ਵੱਡਾ ਇਕੱਠ ਆ, ਉੱਥੇ ਵੀ ਆ ਪੁਤਲਾ ਬਣਿਆ ਦਿਓ ਕੱਦ, ਉੱਥੇ ਵੀ ਇਹ ਪ੍ਰੋਗਰਾਮ ਚੱਲ ਰਿਹਾ ਹੈਗਾ ਵਾ। ਔਰ ਅੱਜ ਜਿਹੜੀਆਂ ਸਾਡੀਆਂ ਖਬਰਾਂ ਨੇ, ਦੇਸ਼ ਦੇ 13 ਸੂਬਿਆਂ ਵਿੱਚ, ਜਿੱਥੇ ਜਿੱਥੇ 10 ਸੂਬਿਆਂ ਵਿੱਚ ਆਪਾਂ ਨਾਲ ਸੰਪਰਕ ਹੈਗਾ, 13 ਸੂਬਿਆਂ ਵਿੱਚ SKM ਗੈਰ ਰਾਜਨੀਤਿਕ ਅਧਾਰ ਹੈਗਾ, ਲਗਭਗ 70,000 ਪਿੰਡਾਂ ਦੇ ਵਿੱਚ ਅਰਥੀ ਫੂਕ ਮਜਾਰੇ ਕਾਰਪੋਰੇਟ ਘਰਾਣਿਆਂ ਦੇ ਔਰ WTO ਦੇ, ਇਹ ਸਾੜੇ ਜਾ ਰਹੇ ਆ, ਸਾੜੇ ਗਏ ਆ। ਪੰਜਾਬ ਵਿੱਚ ਕੋਈ ਗਲੀ ਕੁੱਚਾ ਬਚਿਆ ਨਹੀਂ ਹੈਗਾ ਜੇ ਚਰਤੀ ਫੂਕ ਮਜਾਰੇ ਨਹੀਂ ਹੋਏ ਹੈਗੇ। ਤੋ ਅੱਜ ਇਦੋਂ ਕਹਾਂ, UP ਵਿੱਚ ਵੱਡੇ ਐਕਸ਼ਨ ਹੋਏ ਆ। ਜਿੰਨਾ ਇਹਨਾਂ ਰੋਕ ਲਾਈ ਸੀ, ਇਹਨਾਂ ਦੀਆਂ ਰੋਕਾਂ ਤੋੜ ਕੇ ਲੋਕਾਂ ਨੇ ਅਰਥੀ ਫੂਕ ਮਜਾਰੇ ਨੇ, ਜਿਹੜਾ ਅਸੀਂ ਕਹਿੰਦੇ ਸੀ ਵੀ ਇਹ ਇਕੱਲਾ ਪੰਜਾਬ ਨਹੀਂ, ਹਰਿਆਣਾ ਨਹੀਂ, ਪੂਰਾ ਦੇਸ਼ ਹੋਊਗਾ। ਅੱਜ ਮੋਦੀ ਸਰਕਾਰ ਵਹਿੰਦੀ ਹੋਊ ਤੇ ਘਬਰਾਈ ਹੋਊਗੀ, ਅੱਜ ਪੂਰਾ ਦੇਸ਼ ਅੱਜ ਵਾਲੇ ਐਕਸ਼ਨ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰ ਰਿਹਾ ਹੈਗਾ। ਤੇ ਇਹ ਖਬਰਾਂ ਕੱਲ੍ਹ ਵਾਲੀਆਂ ਅਖਬਾਰਾਂ 'ਚ ਦੇਸ਼ ਦੇ ਚਾਨਣਾ ਚੱਲਣੀਆਂ ਹੈਗੀਆਂ ਵਾ ਵੀ ਪੂਰੇ ਦੇਸ਼ ਵਿੱਚ ਜਿਵੇਂ ਕਿਸਾਨ ਅੰਦੋਲਨ ਨੂੰ, ਜਿਹੜਾ ਦਿੱਲੀ ਅੰਦੋਲਨ 2 ਵਾ, ਜਿਵੇਂ ਉਹਨੂੰ ਸਪੋਰਟ ਮਿਲ ਰਹੀ ਹੈਗੀ ਆ, ਇਹ ਦੁਨੀਆ ਦੇਖ ਰਹੀ ਹੈਗੀ ਆ। ਤੋ ਮੈਂ ਹੁਣ ਫੋਟੋ ਵਾਲੇ ਨੂੰ ਕਹੂੰਗਾ, ਇੱਧਰ ਆ ਜਾਓ, ਫੋਟੋ ਲੈ ਲਓ ਬਈ, ਹੁਣ ਵਿੱਚ ਵਾਲੇ ਬਹਿ ਜਾਓ, ਮੀਡੀਆ ਨੂੰ ਛੱਡ ਕੇ ਐ ਗੁਰੂ ਦੇ ਨਜ਼ਾਰੇ, ਜਰਾ ਐ ਬਈ ਬਾਵਾਂ ਤਾਂ ਬਈ, ਆ ਬਈ ਵਧੀਆ ਫੋਟੋ ਜਾਵੇ ਬਈ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਮੋਦੀ ਤੇ ਖੱਟਰ ਸਰਕਾਰ ਮੁਰਦਾਬਾਦ, 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 ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਦੇ ਰਹੀਆਂ ਸਰਕਾਰਾਂ ਮੁਰਦਾਬਾਦ, 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 ਸਰਕਾਰਾਂ ਤੋਂ ਨਾ ਚਾਹ
ਜਿੰਦਾਬਾਦ 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 ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਂਗੇ ਬਣਾ ਕੇ ਰਹਾਂਗੇ ਬਣਾ ਕੇ ਰਹਾਂਗੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਂਗੇ ਬਣਾ ਕੇ ਰਹਾਂਗੇ ਬਣਾ ਕੇ ਰਹਾਂਗੇ ਬਹਿ ਜਾਓ ਮੇਰੇ ਵੀਰ ਜੀ ਬਹਿ ਜਾਓ ਹੁਣ ਥੋੜਾ ਸ਼ਾਂਤੀ ਨਾਲ ਗੱਲ ਸੋ ਇਸ ਕਰਕੇ ਇਹਦੋਂ ਗਾਹਾਂ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦਿਆਂਗੇ ਇੱਥੋਂ ਵੀ ਜਿਹੜੇ ਤਨਮਨਜੀਤ ਸਿੰਘ ਜੀ ਢੇਸੀ ਨੇ ਜਿਨ੍ਹਾਂ ਨੇ ਇੰਗਲੈਂਡ ਦੀ ਪਾਰਲੀਮੈਂਟ ਸ਼ੁਭਕਰਨ ਸਿੰਘ ਜੀ ਦਾ ਮੁੱਦਾ ਚੱਕਿਆ ਇੱਥੇ ਜੋ ਜ਼ਬਰ ਹੋਇਆ ਉਹਦਾ ਮੁੱਦਾ ਚੱਕਿਆ ਉਹਨਾਂ ਦੇ ਮਾਪੇ ਪੰਜਾਬ 'ਚ ਰਹਿੰਦੇ ਨੇ ਵਸਦੇ ਉਹਨਾਂ ਦੇ ਚਾਚੇ ਤਾਏ ਰਹਿੰਦੇ ਨੇ ਜੇ ਕੋਈ ਉਹਨਾਂ ਖਿਲਾਫ ਕਾਰਵਾਈ ਕੀਤੀ ਇਹਦਾ ਮੂੰਹ ਤੋੜਵਾਂ ਜਵਾਬ ਉਹਨਾਂ ਦੇ ਫੋਨ ਆਇਆ ਸਾਨੂੰ ਸੋ ਇਹ ਸਰਕਾਰ ਨੋਟ ਕਰੇ ਇਹਦੋਂ ਗਾਹਾਂ ਅੱਜ ਮਨਜੀਤ ਸਿੰਘ ਜੀ ਪਿੰਡ ਜਾਂਗਥਲਾ ਬਲਾਕ ਪਾਤੜਾਂ ਤੇ ਖਨੌਰੀ ਬਾਰਡਰ ਤੇ ਜਿਹੜੇ ਸ਼ਹੀਦ ਹੋਏ ਸੀ ਅੱਜ ਉਹਨਾਂ ਦਾ ਜਿਹੜਾ ਸੀਗਾ ਭੋਗ ਸੀਗਾ ਪਾਠ ਦਾ ਸੋ ਅੰਤਮ ਅਰਦਾਸ ਸੀ ਦੋਵਾਂ ਫੋਰਮਾਂ ਦੇ ਲੀਡਰ ਅੱਜ ਉਹਨਾਂ ਦੇ ਜੱਦੀ ਪਿੰਡ ਪਹੁੰਚੇ ਹੋਏ ਆ ਔਰ ਉਹਨਾਂ ਨੂੰ ਅੱਜ ਅਸੀਂ ਮੋਰਚੇ ਦੇ ਸ਼ਹੀਦ ਨੂੰ ਸਜਦਾ ਦੇ ਫੁੱਲ ਭੇਟ ਕੀਤੇ ਆ ਅੱਜ ਫਿਰ ਇਸ ਮੰਚ ਤੋਂ ਕਹਿੰਦੇ ਹਾਂ ਸਰਦਾਰ ਮਨਜੀਤ ਸਿੰਘ ਜੀ ਜਿਹੜੇ ਵਿਚਾਰਾਂ ਨੂੰ ਜਿਹੜੇ ਸੁਪਨਿਆਂ ਨੂੰ ਲੈ ਕੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਨੂੰ ਪੂਰਾ ਕਰਨ ਤੱਕ ਸੰਘਰਸ਼ ਜਾਰੀ ਰੱਖਾਂਗੇ ਅਗਲੀ ਗੱਲ ਦੇਖੋ ਇਹ ਮੋਰਚਾ ਕੌਮਾਂਤਰੀ ਪੱਧਰ ਤੇ ਚਲਾ ਗਿਆ ਔਰ ਇਹ ਗੱਲਾਂ ਅਸੀਂ ਸਾਫ ਕਰ ਲਈਆਂ ਅੱਡ ਕਰ ਲਈਆਂ ਅੱਜ ਆਬੂ ਧਾਬੀ UAE ਦੇ ਵਿੱਚ WTO ਦੀ 26 ਤੋਂ ਲੈ ਕੇ 29 ਤੱਕ ਮੀਟਿੰਗ ਹੋ ਰਹੀ ਆ ਉੱਧਰ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਵਿਰੁੱਧ ਕਾਨੂੰਨ ਘੜੇ ਜਾਣੇ ਆ ਅਸਲ ਵਿੱਚ ਇਹ ਨੇ ਜਿਹੜੇ ਸਾਡੇ ਵਿਰੁੱਧ ਕਾਨੂੰਨ ਬਣਾਉਂਦੇ ਨੇ ਇੱਧਰ ਪੂਰੀ ਦੁਨੀਆ ਦੇ ਵਿੱਚ WTO ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ 70,000 ਬੰਦਾ UAE ਦੇ ਵਿੱਚ ਉਹਦਾ ਵਿਰੋਧ ਕਰਨ ਲਈ ਪਹੁੰਚਿਆ ਹੋਇਆ ਦੋਵਾਂ ਸਰਕਾਰਾਂ 'ਚ ਫਰਕ ਆ ਘੱਟੋ ਘੱਟ ਸਰਕਾਰਾਂ ਲੋਕਾਂ ਨੂੰ ਵਿਰੋਧ ਕਰਨ ਦਾ ਤੇ ਹੱਕ ਦਿੰਦੀਆਂ ਨੇ ਸਾਡੇ ਵਾਲੀ ਸਰਕਾਰ ਵਿਰੋਧ ਕਰਨ ਦਾ ਹੱਕ ਵੀ ਸਾਨੂੰ ਨਹੀਂ ਦਿੰਦੀ ਹੈਗੀ ਤਾਂ ਪੂਰੀ ਦੁਨੀਆ 'ਚ ਵਿਰੋਧ ਹੋ ਰਿਹਾ WTO ਦਾ ਕਿਉਂਕਿ ਸੰਸਾਰ ਦੇ ਗਰੀਬ ਮੁਲਕਾਂ ਨੂੰ ਕਿਸਾਨਾਂ ਨੂੰ ਪਤਾ ਵਾ ਵੀ ਇਹ WTO ਦੀਆਂ ਨੀਤੀਆਂ ਦਾ ਪੁੱਠਾ ਗੇੜੇ ਦਿੱਤਿਆਂ ਬਗੈਰ ਕਿਸਾਨੀ ਪ੍ਰਫੁੱਲਤ ਨਹੀਂ ਹੋ ਸਕਦੀ ਕੱਲ੍ਹ ਦੇ ਅਸੀਂ ਰਿਜ਼ਲਟ ਕੀ ਕੱਢੇ ਆ ਧਿਆਨ ਨਾਲ ਸੁਣਿਓ ਦੇਖੋ ਯੂਰਪ ਦੀ ਆਬਾਦੀ ਕਹਿੰਦੇ ਸੀ 1970 ਵਿੱਚ ਕੁੱਲ ਆਬਾਦੀ ਦਾ 15% ਕਿਸਾਨ ਖੇਤੀ ਕਰਦੇ ਸੀ ਕਿੰਨੇ ਦਾ 15% ਹੁਣ ਉਹ 15% ਲੋਕ ਵੀ ਖੇਤੀ 'ਚੋਂ ਬਾਹਰ ਹੋ ਗਏ ਇਸ ਵੇਲੇ ਯੂਰਪ ਦੀ ਕੁੱਲ ਆਬਾਦੀ ਦਾ 25% ਹਿੱਸਾ ਖੇਤੀ ਕਰ ਰਿਹਾ 400 ਕਿੱਲਾ ਉਹਨਾਂ ਕੋਲ ਜ਼ਮੀਨ ਆ ਫਿਰ ਵੀ ਉਹ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਗਏ ਫਿਰ ਵੀ ਉਹ ਜਰਮਨ ਦੇ ਵਿੱਚ ਬਰਲਿਨ 'ਚ ਪ੍ਰਦਰਸ਼ਨ ਕਰਦੇ ਆ ਪੂਰੇ ਯੂਰਪ 'ਚ ਅੰਦੋਲਨ ਕਰ ਰਹੇ ਆ ਅਸੀਂ ਕਹਿੰਦੇ ਹਾਂ ਜਿਹੜੀ ਕੱਲ੍ਹ ਗੱਲ ਹੋਈ ਸੀ ਵੀ ਯੂਰਪ ਦੀ ਲੜਾਈ ਸਾਡੇ ਨੂੰ ਅੱਗੇ ਜਾ ਚੁੱਕੀ ਆ ਅਸੀਂ ਹਾਲੇ ਆਹ ਮੰਗ ਕਰ ਰਹੇ ਹਾਂ
ਦੀ ਖੇਤੀ ਦਾ ਹੱਥ ਸੰਤਾਂ ਲਾਓ, ਉਹਨੂੰ ਪ੍ਰਫੁੱਲਿਤ ਕਰੋ। ਯੂਰਪ ਦੇ ਵਿੱਚ ਖੇਤੀ ਤੇ ਖੇਤੀ ਦਾ ਅਰਥ ਸੰਤਾਂ ਵਾ, ਪਰ ਇਹ ਵੀ ਕਾਰਪੋਰੇਟ ਦਾ ਮਾਡਲ ਫੇਲ ਹੋ ਗਿਆ। ਅਗਲਿਆਂ ਨੇ ਸਾਫ ਕਿਹਾ, ਇੱਕ ਤਾਂ ਡੀਜ਼ਲ ਤੋਂ ਸਬਸਿਡੀ ਚੱਕ ਰਹੇ ਸੀ, ਉਹ ਇਹ ਵਿਰੋਧ ਕੀਤਾ, ਕਿਉਂਕਿ WTO ਦੀ ਨੀਤੀ ਇਹ ਸਪਸ਼ਟ ਕਰਦੀ ਆ ਵੀ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਸਬਸਿਡੀ ਦੇ ਨਹੀਂ ਸਕਦੇ। ਇਹ ਸਪਸ਼ਟ ਇੱਕੋ ਕਹਿੰਦੇ ਸੀ ਵੀ ਅਸੀਂ ਜਿਹੜੇ ਸਟੋਰ ਬਣਾਏ ਆ ਐਗਰੋ ਇੰਡਸਟਰੀ ਦੇ ਥਰੂ, ਉਹਦੀਆਂ ਸਬਜ਼ੀਆਂ ਤੇ ਫਲ ਲੋਕ ਨਹੀਂ ਲੈਂਦੇ, ਤੁਸੀਂ ਜਿਹੜੀਆਂ ਬਾਹਰੋਂ ਸਬਜ਼ੀਆਂ ਤੇ ਫਲ ਇੰਪੋਰਟ ਕਰ ਰਹੇ ਜੇ ਉਹ ਸਸਤੇ ਵਿਕਦੇ ਆ, ਇਸ ਕਰਕੇ ਸਾਡਾ ਕਿੱਤਾ ਤਬਾਹ ਹੋ ਗਿਆ। ਤਿੰਨ ਗੱਲਾਂ ਯੂਰਪ ਦੇ ਵਿੱਚੋਂ ਜ਼ਿਆਦਾ ਨਿਕਲ ਕੇ ਆਈ। ਤੋ ਜਿਹੜੀ ਗੱਲ ਕਹੀ ਸੀ ਅਸੀਂ ਵੀ ਇਹ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਖੇਤੀ ਜਿਨਸਾਂ ਮੰਗਵਾਉਣਾ ਚਾਹੀਦੀ, ਇਹ ਖੁੱਲੀ ਮੰਡੀ ਦਾ ਕਨਸੈਪਟ ਆ ਵੀ ਕੋਈ ਵੀ ਮੁਲਕ ਚੋਂ ਸਾਡੀ ਮੰਡੀ ਵਿੱਚ ਚੀਜ਼ ਆ ਕੇ ਵਿਕੇ, ਸਾਡੀ ਸਰਕਾਰ ਉਹਦੇ ਤੇ ਇੰਪੋਰਟ ਡਿਊਟੀ ਨਹੀਂ ਲਾ ਸਕਦੀ। ਇਹ WTO ਦੀ ਪਾਲਿਸੀ ਹੈ। ਭਾਵੇਂ ਸਾਡੀ ਮੀਟਿੰਗ 'ਚ ਪਿਊਸ਼ ਗੋਇਲ ਕਹਿੰਦਾ ਵੀ ਇਹ ਸਾਡਾ ਫੈਸਲਾ ਨਹੀਂ ਆ, ਇਹ ਸਮਝੌਤਾ ਵਾਂਗ ਲੜ ਰਹੇ ਆ ਤੇ ਥੁੱਕ ਕੇ ਕਹਿਣਾ ਪੈ ਗਿਆ ਵੀ ਨਹੀਂ ਮੰਗਾਉਂਦੇ, ਅਸੀਂ ਮਾੜੇ ਨੇ ਚੁੱਪ ਹੋਵਾਂਗੇ, ਸਮਝੌਤਾ ਜਿਉਂ ਦਾ ਤਿਉਂ ਵਾ। ਉਸੇ ਦਿਨ ਫੈਸਲਾ ਕਰਕੇ ਬਾਹਰੋਂ ਵਿਦੇਸ਼ਾਂ ਤੋਂ ਕਣਕ ਇਹ ਦੱਸਣ ਵੀ ਇਹ ਵਿਦੇਸ਼ਾਂ ਤੋਂ 85,000 ਕਰੋੜ ਦੀਆਂ ਦਾਲਾਂ ਨਹੀਂ ਮੰਗਾ ਰਹੇ, ਇਹ ਦੱਸਣ 2,25,000 ਕਰੋੜ ਦਾ ਇਹ ਪਾਮ ਆਇਲ ਨਹੀਂ ਮੰਗਾ ਰਹੇ ਹੈਗੇ ਵਿਦੇਸ਼ਾਂ ਤੋਂ। ਮੰਗਾ ਤਾਂ ਤੁਸੀਂ ਰਹੇ ਜੇ ਕਿ ਅਸੀਂ ਦਾਲਾਂ ਨਹੀਂ ਪੈਦਾ ਕਰ ਸਕਦੇ, ਕਿ ਅਸੀਂ ਤੇਲ ਬੀਜ ਨਹੀਂ ਪੈਦਾ ਕਰ ਸਕਦੇ, ਸਾਡੇ ਦੇਸ਼ ਦੀ ਐਡੀ ਤਗੜੀ ਭੂਮੀ ਆ, ਸਭ ਕੁਝ ਇੱਥੇ ਪੈਦਾ ਹੋ ਸਕਦਾ, ਤੇ ਤੁਸੀਂ ਵਿਦੇਸ਼ਾਂ ਚੋਂ ਇਹ WTO ਦੀਆਂ ਨੀਤੀਆਂ ਕਰਕੇ ਹੀ ਹੋ ਰਿਹਾ। ਅਸੀਂ ਕਿਹਾ ਸਾਨੂੰ MSP ਗਰੰਟੀ ਕਾਨੂੰਨ ਦੇ ਦੇ, ਅਸੀਂ ਤੁਹਾਨੂੰ ਦਾਲਾਂ ਵੀ ਦੇ ਦਾਂਗੇ ਤੇ ਨਾਲੇ ਤੇਲ ਵੀ, ਅਸੀਂ ਝੋਨੇ ਚੋਂ ਵੀ ਲੈਣਾ, ਸਾਡਾ ਪਾਣੀ ਬਾਜੀ, ਪਰ ਸਾਨੂੰ ਦੇਣ ਨੂੰ ਤਿਆਰ ਨਹੀਂ। ਜੇ ਤੁਸੀਂ 85,000 ਕਰੋੜ ਤੇ 2,25,000 ਕਰੋੜ ਨੂੰ ਇਕੱਠਾ ਕਰ ਲਓ, ਇਹ ਲਗਭਗ 2,50,000 ਕਰੋੜ ਰੁਪਈਆ ਬਣ ਜਾਂਦਾ ਜਿਹੜਾ ਵਿਦੇਸ਼ਾਂ ਤੇ ਖਰਚ ਰਹੇ ਆ। ਇਹਨਾਂ ਕਿਤੇ ਸਾਨੂੰ ਦੇ ਦੇਣ ਤੇ MSP ਗਰੰਟੀ ਕਾਨੂੰਨ ਬਣਾਇਆ ਜਾ, ਪਰ ਨਹੀਂ ਸਾਨੂੰ ਨਹੀਂ ਦੇਣਾ, ਕਿਉਂਕਿ WTO ਨਾ ਸਮਝੌਤਾ ਕੀਤਾ ਤੋ ਕਹਿੰਦੇ ਜੋ ਸਾਡੀ ਕੁੱਲ ਪੈਦਾਵਾਰ ਦੀ ਵੈਲਿਊ ਆ, WTO ਦੀ ਪਾਲਿਸੀ ਕਹਿੰਦੀ ਆ ਵੀ ਉਦੋਂ 10% ਤੋਂ ਵੱਧ ਇਹ ਸਬਸਿਡੀ ਸਾਨੂੰ ਦੇ ਨਹੀਂ ਸਕਦੀ। ਤੋ ਅਸੀਂ ਜਿਹੜੀਆਂ ਪ੍ਰੈਸ 'ਚ ਗੱਲਾਂ ਲੈ ਕੇ ਗਏ ਵੀ ਅਮਰੀਕਾ ਇਸ ਵੇਲੇ ਕਰੰਟ ਆਪਦੇ ਕਿਸਾਨ ਨੂੰ $85,000 ਸਾਲਾਨਾ ਦੇ ਰਿਹਾ ਗ੍ਰੀਨ ਬਾਕਸ ਦੇ ਵਿੱਚ ਸਬਸਿਡੀ, ਉਹਦੇ ਨਾਲ ਮੁਕਾਬਲਾ ਕਰਾ ਰਿਹਾ, ਇੱਕ ਬੰਦੇ ਸਾਨੂੰ $298 ਅੱਜ ਦੀ ਡੇਟ ਵਿੱਚ ਮਿਲ ਰਹੇ ਆ ਸਬਸਿਡੀ ਦੇ ਵਿੱਚ। ਸਾਡਾ ਕਿਸਾਨ 5 ਏਕੜ ਵਾਲਾ 83-85% ਪੂਰੇ ਦੇਸ਼ ਵਿੱਚ, ਉਹਨਾਂ ਦਾ ਕਿਸਾਨ 400 ਕਿੱਲੇ ਤੋਂ ਲੈ ਕੇ 2,000 ਕਿੱਲਿਆਂ ਤੱਕ ਵਾਲਾ, ਉਹਨਾਂ ਦੀ ਆਬਾਦੀ ਅਮਰੀਕਾ ਦੀ 2% ਤੇ ਯੂਰਪ ਦੀ 1.25% ਆਬਾਦੀ ਖੇਤੀ ਕਰ ਰਹੀ ਆ, ਸਾਡੀ 60% ਆਬਾਦੀ ਖੇਤੀ ਕਰ ਰਹੀ ਆ, ਮਜ਼ਦੂਰ ਪਾਲੋ 80%, ਉਹ ਕੀ ਮੁਕਾਬਲਾ ਸਾਡਾ, ਕੀ ਰੌਲਾ ਸਾਡਾ। ਤੋ ਇਸ ਕਰਕੇ WTO ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ ਵੀ ਜਿਵੇਂ ਪੰਜਾਬੀ 'ਚ ਕਿਹਾ ਸੀ ਵੀ ਓਪਨ ਕਬੱਡੀ ਰੱਖ ਲਈ, ਇੱਕ ਭਲਵਾਨ 100 ਕਿੱਲੋ ਦਾ, ਸਾਡੇ ਵਾਲਾ ਭਲਵਾਨ 2 ਕਿੱਲੋ ਦਾ,
ਆਂਦੇ ਮੁਕਾਬਲਾ ਕਰੋ। ਦੱਸੋ 2 ਕਿਲੋ ਵਾਲਾ ਦਾ ਮੁਕਾਬਲਾ ਹੈ 100 ਕਿਲੋ ਨਾ, ਤੁਸੀਂ ਆਪਣਾ ਤੇ ਜ਼ਿਆਦਾ ਕਰ ਲਿਆ। ਇਸ ਕਰਕੇ ਕਹਿ ਰਹੇ ਵੀ ਇਹ ਤੁਹਾਡੀ ਪਾਲਿਸੀ ਕਾਣੀ ਮੰਡਾ, ਤੁਹਾਡੀ ਪਾਲਿਸੀ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਵਾਸਤੇ ਆ। ਜਿਹੜੇ ਸੈਲੋ ਗੋਦਾਮ ਪੰਜਾਬ 'ਚ ਦੇਸ਼ 'ਚ ਖੋਲ੍ਹੇ ਗਏ, ਉਹਦੇ ਪਿੱਛੇ ਅਗਲਿਆਂ ਦੀ ਨੀਤੀ ਸੀ ਵੀ ਇੱਕ ਵਾਰੀ WTO ਦੀਆਂ ਨੀਤੀਆਂ ਲਾਗੂ ਕਰ ਲਈਏ, ਮੰਡੀ ਸਰਕਾਰੀ ਖਤਮ ਕਰ ਦਈਏ, TDS ਵੀ ਖਤਮ ਕਰ, ਕਿਸੇ ਨੂੰ ਸਸਤਾ ਨਾ ਦਈਏ, ਇਹ ਦੋਵੇਂ ਚੀਜ਼ਾਂ। ਫਿਰ ਮਰਜ਼ੀ ਨਾਲ ਮੰਡੀ 'ਚੋਂ ਖਰੀਦਾਂਗੇ, ਸਟੋਰਾਂ 'ਚ ਰੱਖਾਂਗੇ ਤੇ ਮਰਜ਼ੀ ਨਾਲ ਖਪਤਕਾਰਾਂ ਨੂੰ ਵੇਚਾਂਗੇ। ਜਿਹੜੀ ਮਜ਼ਦੂਰਾਂ 'ਚ ਗੱਲ ਲਿਆਉਂਦੇ ਵੀ ਮਹਿੰਗਾਈ ਆ ਜਿਹੜੀ ਨਾ, ਇਹ ਖੇਤੀ ਕਾਨੂੰਨ ਕਹਿੰਦੇ ਸੀ। ਇਹਨੂੰ ਕਹਿੰਦੇ ਆ ਖੁੱਲੀ ਮੰਡੀ, ਜਿਵੇਂ ਤੁਹਾਡੀਆਂ ਸਬਜ਼ੀਆਂ ਨੇ, ਚਾਹੇ ਗੋਭੀ ਆ, ਆਲੂ ਆ, ਟਮਾਟਰ ਆ, ਬਤਾਊ ਆ, ਫਲ ਆ, ਇਹਨਾਂ ਦੀ ਕੋਈ ਸਰਕਾਰੀ ਮੰਡੀ ਨਹੀਂ। ਮਰਜ਼ੀ ਆ 4 ਪੈਸੇ ਦੇ ਦੇਣ, ਮਰਜ਼ੀ ਆ 4 ਪੈਸੇ ਨਾ ਦੇਣ, ਇਹਨੂੰ ਕਹਿੰਦੇ ਖੁੱਲੀ ਮੰਡੀ। ਇਹ ਸਾਥੋਂ ਸਸਤੀਆਂ ਚੀਜ਼ਾਂ ਖਰੀਦਦੇ ਆ। ਆ ਤੁਸੀਂ ਵੇਖ ਲਓ ਹਿਮਾਚਲ ਦਾ ਸੇਬ, ਇੱਥੇ ਅਡਾਨੀ ਹੁਣੀ ਪਹੁੰਚੀ, ਇਹ ਛੋਟੇ ਵਪਾਰੀ ਸੀ ਸਾਡੇ, ਪਹਿਲੋਂ ਮਹਿੰਗਾ ਰੇਟ ਦੇ ਕੇ ਖਰੀਦ ਲਿਆ। ਜਦੋਂ ਛੋਟੇ ਵਪਾਰੀ ਖਤਮ ਹੋ ਗਏ, ਪੂਰੇ ਮਾਨੀ ਅਡਾਨੀ ਦੇ ਹੱਥ ਵਿੱਚ ਹਿਮਾਚਲ ਦਾ ਸੇਬ ਆ ਗਿਆ, ਉੱਥੋਂ ਤੋਂ ਲੈਂਦੇ ਆ 8 ਤੋਂ 14 ਰੁਪਏ ਕਿਲੋ, ਸਾਨੂੰ ਵੇਚਦੇ ਆ ਇੱਧਰ ਲਿਆ ਕੇ 100 ਰੁਪਏ ਗ੍ਰੇਡਿੰਗ ਕਰਦੇ ਮੁੰਡੇ ਉਹਦੀ ਸੇਬ ਦੀ। 50 ਤੋਂ ਥੱਲੇ ਸਾਨੂੰ ਮਿਲਦਾ ਨਹੀਂ ਹੈਗਾ, ਤੇ ਮੁਨਾਫਾ ਕੌਣ ਕਰਾਂਗੇ? ਅਬਾਨੀ ਅਡਾਨੀ। ਇਹਨੂੰ ਕਹਿੰਦੇ ਖੁੱਲ੍ਹੇ ਬਾਜ਼ਾਰ ਦੀ, ਐਂ ਲੁੱਟਿਆ ਕਰਨਗੇ। ਕਿਸਾਨ ਕੋਲ ਚੀਜ਼ ਸਸਤੀ ਲਿਆ ਕਰਨਗੇ, ਸਟੋਰ ਕਰਨਗੇ ਤੇ ਆਮ ਖਪਤਕਾਰਾਂ ਨੂੰ ਮਹਿੰਗੀ ਚੀਜ਼ ਵਿੱਚ, ਇਹਨੂੰ ਖੁੱਲੀ ਮੰਡੀ ਕਹਿੰਦੇ ਆ। ਤੇ ਇਸ ਕਰਕੇ ਅੱਜ ਦੁਨੀਆ ਦੇ ਸਾਹਮਣੇ, ਕਿਸਾਨਾਂ ਮਜ਼ਦੂਰਾਂ ਦੇ ਸਾਹਮਣੇ ਇੱਕ ਵਿਚਾਰ ਰੱਖਿਆ ਵੀ ਆਹ WTO ਤੋਂ ਬਗੈਰ ਲੜਿਆਂ ਤੋਂ ਬਗੈਰ ਜਿਹੜੇ ਵਰਲਡ ਦੇ ਇਹ ਆਰਗਨਾਈਜੇਸ਼ਨ ਆ, ਸਾਡਾ ਖੇਤੀ ਸੈਕਟਰ ਮੁਨਾਫੇ 'ਚ ਆ ਨਹੀਂ ਸਕਦਾ। ਤੇ ਦੂਜੀ ਗੱਲ, ਆ ਅੰਦੋਲਨ 'ਚ ਅਸੀਂ ਖੜੇ ਹਾਂ, ਅੱਜ ਦਿੱਲੀ ਦੀਆਂ ਸੜਕਾਂ ਨੱਚ ਰਹੀਆਂ, ਅੱਜ ਹਰਿਆਣੇ ਦੀਆਂ ਸੜਕਾਂ ਤੇ ਕਿਸਾਨ ਨਿਕਲਿਆ, ਅੱਜ ਰਾਜਸਥਾਨ ਦੀਆਂ ਕਿਸਾਨਾਂ ਦੇ ਸੜਕਾਂ ਤੇ ਕਿਸਾਨ ਨਿਕਲ ਰਿਹਾ, ਦੇਸ਼ ਦੀਆਂ ਸੜਕਾਂ ਤੇ ਆਇਆ। ਇਹ ਅੰਦੋਲਨ ਗਾਂਹ ਤੁਰ ਰਿਹਾ, ਸਰਕਾਰ ਦੇ ਮੱਥੇ ਤੇ ਮੁਰਗਾ ਆ ਰਿਹਾ ਵੀ ਗੱਲ ਸ਼ੰਭੂ ਬਾਰਡਰ ਦੀ ਨਹੀਂ, ਗੱਲ ਖਨੌਰੀ ਬਾਰਡਰ ਦੀ ਨਹੀਂ, ਗੱਲ ਇਸ ਵੇਲੇ ਦੇਸ਼ ਦੀ ਹੋ ਰਹੀ ਵੀ ਅਸੀਂ ਉਹਦਾ ਸੋਚਦੇ ਸੀ ਵੀ ਰੋਕ ਲਿਆ ਇਹਨਾਂ ਨੂੰ, ਪੰਜਾਬ ਵੀ ਗਵਾ ਲਓ 13 ਸੀਟਾਂ, ਹਰਿਆਣੇ ਦੀਆਂ 8 ਸੀਟਾਂ ਵੀ ਗਵਾ ਲਓ, ਹਿਮਾਚਲ ਵਾਲੀਆਂ 4 ਵੀ, ਆ 25-30 ਉੱਤਰ ਭਾਰਤ ਵਾਲੀਆਂ ਗਵਾ ਲਓ। ਹੁਣ ਉਹਨਾਂ ਨੂੰ ਲੱਗਦਾ ਵੀ ਸਾਡੀਆਂ 540 ਦੇ 40 ਦੇ ਉੱਤੇ ਸੇਕ ਪਹੁੰਚ ਰਿਹਾ ਹੈਗਾ। ਇਸ ਕਰਕੇ ਘਬਰਾਹਟ 'ਚ ਆ ਸਰਕਾਰ ਦਬਾਅ 'ਚ ਆ ਪੂਰੀ ਤਰ੍ਹਾਂ, ਔਰ ਸਰਕਾਰ ਨੂੰ ਪਤਾ ਵਾ ਵੀ ਭਾਈ ਇਹ ਅੰਦੋਲਨ ਹੋਰ ਬੁਲੰਦੀਆਂ ਨੂੰ ਮੰਗਦਾ। ਇਸ ਅੰਦੋਲਨ ਦੇ ਵਿੱਚ ਲੱਖਾਂ ਦੀ ਗਿਣਤੀ ਨੇ ਟੱਪਣਾ ਹੈਗਾ ਵਾ, ਇਸ ਅੰਦੋਲਨ ਨੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨੀ ਹੈਗੀ ਆ। ਇਹ ਅੰਦੋਲਨ ਕੋਈ ਵੀ ਇਹੋ ਜੀ ਦੁਨੀਆ ਦੀ ਪਾਰਲੀਮੈਂਟ ਹੈ, ਤੁਸੀਂ ਦੇਖ ਲਿਓ ਉਹਨਾਂ ਦਾ ਸਮਾਂ, ਦੱਸੋ ਜਿੱਥੇ ਪੰਜਾਬੀ ਹੋਣ ਉੱਥੇ ਦਾ ਮੁੱਦਾ ਨਾ ਮਿਲੂ। ਆਉਣ ਵਾਲੇ ਸਮੇਂ 'ਚ ਦੇਖਿਓ ਵਿਰੋਧੀ ਧਿਰਾਂ ਨੂੰ ਮਜਬੂਰ ਹੋਣਾ, ਵਿਧਾਨ ਸਭਾ 'ਚ ਤੁਹਾਡੀਆਂ ਮੰਗਾਂ ਨੂੰ ਲੈ ਕੇ ਮਤੇ ਪਾਉਣੇ ਪੈਣੇ ਆ। ਆ ਭਗਵੰਤ ਮਾਨ ਚਲਾ ਰਿਹਾ 1 ਮਾਰਚ ਤੋਂ ਵਿਧਾਨ ਸਭਾ ਬਜਟ 'ਤੇ, ਦੇਖੋ ਇਹਦੀ ਕਿਹੜੇ ਭਾਵ ਵਿਕਦੀ ਹੈ। ਐਂ ਨਹੀਂ ਹੈਗਾ
ਅੰਦੋਲਨ ਨਾ ਜਾਊਗਾ, ਜਿੱਥੇ ਜਿੱਥੇ ਵੀ ਅਜਲਾਸ ਹੋਊਗਾ, ਕਿਉਂਕਿ ਇਸ ਵੇਲੇ ਪੂਰਾ ਗਰਮ ਹੈ ਅੰਦੋਲਨ ਦੇਸ਼ ਭਰ, ਹਰ ਵਿਰੋਧੀ ਧਿਰ ਇਹਦਾ ਲਾਹਾ ਖੱਟੂ। ਔਰ ਇਹ ਗੱਲ ਯਾਦ ਰੱਖਿਓ, ਸਿਆਸਤ ਦੇ ਵਿੱਚ ਜਿਹੜੀਆਂ ਵੀ ਪਾਰਲੀਮੈਂਟ ਚੋਣਾਂ ਲੜਦੀਆਂ ਪਾਰਟੀਆਂ ਨੇ, ਕੋਈ ਵੀ ਤੁਹਾਡੇ ਨਾਲ ਨਹੀਂ। ਇੱਕ ਆਂਕੜਾ ਇਹ ਆ ਵੀ ਮੋਦੀ ਜੀ ਹੁਣਾਂ ਪਿਛਲੇ 10 ਸਾਲਾਂ ਵਿੱਚ 14,57,000 ਕਰੋੜ ਰੁਪਈਆ ਕਾਰਪੋਰੇਟ ਦਾ ਰਾਈਟ ਆਫ NPA ਕਰਕੇ ਮਾਰ ਦਿੱਤਾ, ਉਹਨਾਂ ਲਈ ਕਾਨੂੰਨ ਅੱਡ ਨੇ। ਜੇ ਤੁਸੀਂ ਪਿਛਲੇ 20 ਸਾਲਾਂ ਦਾ ਲਾ ਲਓ, ਵਿੱਚੇ ਕਾਂਗਰਸ ਲਿਆਓ, ਤੇ ਉਹਨਾਂ ਸਾਲਾਂ ਵਿੱਚ 42,00,000 ਕਰੋੜ ਰੁਪਈਏ ਦਾ ਕਾਰਪੋਰੇਟ ਘਰਾਣਿਆਂ ਨੂੰ ਮਾਫੀਆਂ ਮਿਲੀਆਂ ਨੇ। ਤੇ ਤੁਸੀਂ ਦੋਵਾਂ ਸਰਕਾਰਾਂ ਨੂੰ ਜੇ ਦੇਖੋ ਤੇ ਘੱਟ ਕਿਸੇ ਨੇ ਵੀ ਨਹੀਂ ਕੀਤੀ। ਕੋਈ ਸੈਕੂਲਰਿਜ਼ਮ ਦੇ ਨਾਂ ਤੇ ਵੋਟਾਂ ਲੈ ਰਿਹਾ, ਕੋਈ ਹਿੰਦੂਇਜ਼ਮ ਦੇ ਨਾਂ ਤੇ ਵੋਟਾਂ ਲੈ ਰਿਹਾ, ਕੋਈ ਪੰਥ ਦੇ ਨਾਂ ਤੇ ਵੋਟਾਂ ਲੈ ਰਿਹਾ। ਵੋਟਾਂ ਸਾਰੇ ਹੀ ਲੈਣਾ ਚਾਹੁੰਦੇ ਆ। ਕੋਈ ਸਕੂਲਾਂ ਵਿੱਦਿਆ ਦੇ ਨਾਂ ਤੇ, ਕੋਈ ਚੰਗੀ ਸਿੱਖਿਆ ਦੇ ਨਾਂ ਤੇ ਵੋਟਾਂ ਲੈ ਰਿਹਾ। ਹਰੇਕ ਦਾ ਏਜੰਡਾ ਆਪੋ ਆਪਣਾ। ਔਰ ਕਿਸੇ ਵੀ ਵਿਰੋਧੀ ਧਿਰ ਤੋਂ ਕਿਤੇ ਰਹਿ ਗਏ ਦੋ, ਕਿਸੇ ਵੀ ਵਿਰੋਧੀ ਧਿਰ ਤੋਂ ਕੋਈ ਆਸ ਨਾ ਰੱਖਿਓ। ਕਿ ਜ਼ਰੂਰੀ ਬੇਨਤੀ, ਸਮਾਂ ਹੋ ਗਿਆ, ਇਹ 3:30 ਵਜੇ ਪੁਤਲੇ ਨੂੰ ਅੱਗ ਲਾਉਣੀ ਆਪਾਂ।